ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਸੀਂ ਦੇਖਦੇ ਹੋ ਦਾ ਪੰਜਾਬ ਲੈ ਅੱਜ ਆਪਾਂ ਗੱਲ ਕਰਾਂਗੇ ਵੀ ਅੰਮ੍ਰਿਤ ਵੇਲੇ ਦਾ ਕਿਹੜਾ ਸਮਾਂ ਹੈ ਜਦੋਂ ਆਪਣਾ ਹਰ ਸੁਪਨਾ ਪੂਰਾ ਹੁੰਦਾ ਹੈ ਅੰਮ੍ਰਿਤ ਵੇਲੇ ਦੇ ਤਿੰਨ ਤੋਂ 4:30 ਵਜੇ ਵਿੱਚ ਆਇਆ ਸੁਪਨਾ ਅਕਸਰ ਸੱਚ ਹੋ ਜਾਂਦਾ ਹੈ ਕਿਹਾ ਜਾਂਦਾ ਹੈ 6 ਮਹੀਨੇ ਦੇ ਵਿੱਚ ਵਿੱਚ ਉਹ ਸੁਪਨਾ ਪੂਰਾ ਵੀ ਹੋ ਜਾਂਦਾ ਜੇ ਕਦੇ ਕੋਈ ਮਾੜਾ ਸੁਪਨਾ ਆਉਂਦਾ ਹੈ ਤੇ ਆਪਣੀ ਨੀਂਦ ਖਲ ਜਾਂਦੀ ਹੈ ਤਾਂ ਆਪਾ ਇੱਕਦਮ ਉੱਠ ਕੇ ਬੈਠ ਜਾਨੇ। ਤਾਂ ਉਸ ਸਮੇਂ ਪੰਜ ਵਾਰ ਮੋਲ ਮੰਤਰ ਦਾ ਜਾਪ ਕਰ ਫਿਰ ਸੌਣ ਦੀ ਕੋਸ਼ਿਸ਼ ਕਰੋ। ਉਸ ਦਿਨ ਸਵੇਰੇ ਗੁਰਦੁਆਰੇ ਜ਼ਰੂਰ ਜਾਓ ਤੇ ਆਪਣੀ ਸ਼ਰਧਾ ਅਨੁਸਾਰ ਗੁਰਦੁਆਰੇ ਕਿਸੇ ਵੀ ਚੀਜ਼ ਦਾ ਪ੍ਰਸ਼ਾਦ ਲੈ ਕੇ ਜਾਓ। ਵਾਹਿਗੁਰੂ ਆਪੇ ਪਲਾ ਕਰਨਗੇ। ਹਰ ਮਾੜੀ ਚੀਜ਼ ਦੂਰ ਕਰਨਗੇ। ਜੇ ਮਾੜਾ ਸੁਪਨਾ ਰੋਜ਼ ਆਉਂਦਾ ਤਾਂ ਚਉਪਾਈ ਸਾਹਿਬ ਦਾ ਪਾਠ ਰੋਜ਼ ਕਰੋ। ਇਸ ਨਾਲ ਮਾੜਾ ਅਸਰ ਆਪੇ ਦੂਰ ਹੋ ਜਾਵੇਗਾ। ਜੇ ਤੁਹਾਨੂੰ ਸੋਨਾ ਸੁਪਨਾ ਆਵੇ ਇਸ ਸਮੇਂ ਜਾ ਖਲ ਜਾਵੇ ਤਾਂ ਉਸ ਦਿਨ ਅੰਮ੍ਰਿਤ ਵੇਲੇ ਇਸ਼ਨਾਨ ਕਰਅ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ ਜੇ ਇਸ ਦਿਨ ਚੰਗਾ ਸੁਪਨਾ ਆਵੇ ਤੇ ਉਸ ਤੋਂ ਬਾਅਦ ਜਾ ਖਲ ਜੇ ਤਾਂ ਉਸ ਤੋਂ ਬਾਅਦ ਸੋਣਾ ਨਹੀਂ ਚਾਹੀਦਾ ਫਿਰ ਕਿੰਦੇ ਵੀ ਮਾੜਾ ਸੁਪਨਾ ਆਪਾਂ ਨੂੰ ਆਉਂਦੇ ਕਿਉਂ ਨੇ ਕਿਉਂਕਿ ਆਪਾਂ ਰਾਤ ਨੂੰ ਕੁਝ ਮਾੜਾ ਵੇਖ ਸੋ ਜਾਂਦੇ ਆ ਜਾਂ ਸੋਚਦੇ ਆ ਦਿਮਾਗ ਤੇ ਕਿਸੇ ਚੀਜ਼ ਦਾ ਬੋਝ ਲੈ ਕੇ ਸੋ ਜਾਂਦੇ ਆ ਤਾਂ ਰਾਤ ਨੂੰ ਇਹ ਸੁਪਨੇ ਆਉਂਦੇ ਲਾਜ਼ਮੀ ਨੇ ਰਾਤ ਨੂੰ ਸੌਣ ਸਮੇਂ ਕਦੇ ਵੀ ਜੂਰਾਬਾ ਪਾਕੇ ਨਾ ਸੋਵੋ। ਰਾਤ ਨੂੰ ਬਾਥਰੂਮ ਜਾਓ ਤਾਂ ਹਮੇਸ਼ਾ ਚੰਗੀ ਤਰ੍ਹਾਂ ਹੱਥ ਧੋਵੋ। ਚੰਗੀ ਤਰ੍ਹਾਂ ਕੂਲੀ ਕਰਕੇ ਫੇਰ ਅੰਦਰ ਆ। ਕਦੇ ਮਾੜੇ ਸੁਪਨੇ ਨਹੀਂ ਆਉਣਗੇ। ਹਮੇਸ਼ਾ ਉੱਤਰ ਵੱਲ ਭਾਵ ਉੱਤਰ ਦਿਸ਼ਾ ਵੱਲ ਸਿਰ ਕਰਕੇ ਸੋਵੋ। ਕਦੇ ਸੁੱਤੇ ਹੋਏ ਕੋਈ ਵੀ ਦਿਲ ਨੂੰ ਦਿੱਕਤ ਨਹੀਂ ਆਵੇਗੀ।